ਹਾਲ ਚਾਲ ਜੀ? ਬਹੁਤ ਵਧੀਆ ਜੀ। ਕਿਹੜਾ ਪਿੰਡ ਤੁਹਾਡਾ? ਪਿੰਡ ਚੱਲੀ ਗਲਾਮ ਆਪਣਾ। ਕਿਹੜੇ ਜ਼ਿਲ੍ਹੇ ਸਾਈਡ ਤੇ ਆਏ? ਇਹ ਫਿਰੋਜ਼ਪੁਰ ਜ਼ਿਲ੍ਹਾ ਆਇਆ ਤਾਂ ਫਿਰੋਜ਼ਪੁਰ ਹੀ ਤਹਿਸੀਲ ਆ। ਕਿੰਨਾ ਕੁ ਪਾਣੀ ਆਇਆ ਤੁਹਾਡੀ ਸਾਈਡ ਤੇ? ਨਹੀਂ ਬਹੁਤ ਜ਼ਿਆਦਾ ਇੱਥੇ। ਹੋਰ ਕਿੰਨਾ ਕੁ ਨੁਕਸਾਨ ਹੋਇਆ ਫਸਲਾਂ ਦਾ? ਜ਼ਿਆਦਾ ਹੀ ਨੁਕਸਾਨ ਹੋਇਆ, ਕਿਤੇ ਫਸਲ ਭਾਵੇਂ ਕਿਤੇ ਬਚੇ ਹੋਣ ਨਹੀਂ ਤਾਂ ਬਚੇ ਨਹੀਂ ਗਏ ਕਿਤੇ ਨਹੀਂ। ਤੇ ਹੁਣ ਤੁਹਾਡੇ ਕੋਲ ਆ ਵਕਤ ਕੋਈ ਸੌਦਾ ਰਸਤਾ ਕੋਈ ਪਹੁੰਚ ਰਹੀਆਂ ਵਾ? ਸੌਦਾ ਵਾਹੀ ਤੇ ਝਾੜਦੇ ਆ ਤੇ ਸੌਦਾ ਪੱਠਾ ਸੱਠਾ ਝਾੜਦੇ ਆ ਕਿ ਮੀਂਹ ਆਉਂਦੇ ਨੇ ਜੋ ਅਸੀਂ ਪਾ ਛੱਡਦੇ ਆ। ਸੌਦਾ ਵੀ ਇਸ ਤਰ੍ਹਾਂ ਕੋਈ ਸਰਕਾਰ ਨੇ ਬਾਹਰ ਨਹੀਂ ਫੜੀ ਅਜੇ ਤੱਕ ਕਿਸੇ ਦੀ ਨਹੀਂ, ਨਾ ਤੇ ਪਿੰਡ ਦੇ ਨਾ ਤੇ ਵੀ। ਠੀਕ ਠੀਕ। ਪਾਰ ਜੇ ਕੋਈ ਆਉਂਦਾ ਤਾਂ ਮੰਨੋ ਪਾਰ ਉਹ ਪਿਛਾ ਨਹੀਂ ਪਿਛਾ ਹੀ ਮੰਤਰ ਹੀ ਮੁੜ ਜਾਂਦਾ ਵੀ ਜੇ ਇੱਥੇ ਵੀ ਜਾ ਨਾ ਜਾਣਾ ਪਏ। ਹੋਰ ਬਾਕੀ ਮਾਝੇ ਵਾਲਿਆਂ ਸਾਥ ਦਿੱਤਾ ਪੂਰਾ? ਮਾਝੇ ਵਾਲੇ ਦੇਣ ਦਾ ਬੜੀ ਬੜੀ ਦੂਰੋਂ ਆਉਂਦਾ ਹੈ ਇੱਥੇ। ਠੀਕ ਆ। ਲੁਧਿਆਣੇ ਤੱਕ ਆਉਣ ਡਿਆਂ ਗੱਡੀਆਂ ਇੱਥੇ। ਠੀਕ ਆ ਜੀ। ਲੁਧਿਆਣੇ ਉੱਥੇ ਤੱਕ ਵੀ ਆ ਰਿਹਾ ਸਮਾਨ ਇੱਥੇ। ਸਾਡੇ ਵਰਗੇ ਵੀਰ ਆਉਂਦੇ ਆ ਤੇ ਸਾਨੂੰ ਕਹੀ ਜਾਂਦੇ ਆ ਤੂੰ ਅਸੀਂ ਛੱਡਦੇ ਛਡਾਉਂਦੇ ਮਾਲ ਡੰਗਰ ਨੂੰ ਕੁੜੀ ਆਉਂਦੀ ਇਸ ਤਰ੍ਹਾਂ ਜਿਵੇਂ ਤੁਸੀਂ ਪੱਠੇ ਲਿਆਉਂਦੇ ਆ ਜਿਤਨਾ ਪੱਠੇ ਪਾਉਣੇ ਅਸੀਂ ਡੰਗਰਾਂ ਨੂੰ ਪੱਠਾ ਰਹਿ ਨਹੀਂ ਜਾ ਕੇ ਹੀ ਸੁੱਕਾ ਮਾਲ ਲਈ ਆਉਂਦੇ ਸਰਾਡਾ ਬਰੂਟਾ ਇਹ ਤੇ ਵੰਡਦੇ ਨੇ। ਉਦਾਂ ਕਿੰਨਾ ਕਿੰਨੇ ਚਿਰ ਤੱਕ ਫਸਲਾਂ ਪਾਣੀ ਦੀ ਮਾਰ ਰਹੂਗੀ? ਫਸਲਾਂ ਗਾਹ ਹੋਣਗੀਆਂ ਅਗਣੀ ਕਣਕ ਤੱਕ? ਹਾਂਜੀ ਉੱਥੇ ਦੇ ਪਾਣੀ ਲੱਗਦਿਆਂ ਤੇ ਜਿੱਥੇ ਨਵਾਂ ਰਹੇ ਨਹੀਂ ਉਹ ਪਤਾ ਵੀ ਦੋ ਮਹੀਨੇ ਰਹਿ ਗਏ ਢਾਈ ਰਹੇ। ਅੱਛਾ ਜੀ। ਉਦਾਂ ਜਿੱਦਾਂ ਫਸਲਾਂ ਖਰਾਬ ਹੋ ਗਈਆਂ ਤੁਹਾਡੀਆਂ ਕੋਈ ਟੈਨਸ਼ਨ ਤਾਂ ਨਹੀਂ ਮਨ ਤੇ? ਟੈਨਸ਼ਨ ਕਰੀ ਆ ਤੁਹਾਨੂੰ ਪਤਾ ਹੀ ਆ ਵੀ ਅੱਗੇ ਵੀ ਇੱਥੇ ਪਾਣੀ ਆਉਂਦੇ ਹੀ ਰਹੇ ਆ। ਅਸੀਂ ਬੜੇ ਚੇਤੇ ਬੈਠੇ 88 ਤੋਂ ਪਹਿਲਾਂ ਅਸੀਂ ਬੜੇ ਚੇਤੇ ਲੋ ਜੀ ਵੇਖ ਲੋ ਬਾਪੂ ਦਾ ਜਿਗਰਾ। ਬਾਪੂ ਆਂਦਾ ਕਿ ਪਾਣੀ ਆਉਣ ਦੇ ਬਾਵਜੂਦ ਵੀ ਹਲੇ ਵੀ ਜਿਹੜੇ ਜਿਗਰੇ ਉਹ ਪੂਰੇ ਬੁਲਾਉਂਦੇ ਆ। ਚਲੋ ਮਾੜੇ ਚੰਗੇ ਦਿਨ ਆਉਂਦੇ ਰਹਿੰਦੇ ਆ ਬੰਦੇ ਦੇ, ਤੇ ਪਰ ਬਾਪੂ ਆਂਦਾ ਵੀ ਮਾਝੇ ਵਾਲਿਆਂ ਨੇ ਬੜਾ ਸਾਥ ਦਿੱਤਾ ਜਿਹਦੇ ਕਰਕੇ ਬਾਪੂ ਦਾ ਹੌਸਲਾ ਬੁਲਾਉਂਦਿਆ ਤੇ ਅੱਜ ਆਪਾਂ ਵੀ ਸੰਗਤ ਸਮੇਤ ਪੱਠੇ ਲੈ ਕੇ ਪਹੁੰਚੇ ਹਾਂ ਤੇ ਨਾਲ ਆਪਾਂ ਬਾਪੂ ਦੇ ਗੱਲਬਾਤ ਕੀਤੀ ਆ। ਬੜੀਆਂ ਵਧੀਆ ਬਾਪੂ ਨੇ ਗੱਲਾਂ ਕੀਤੀਆਂ ਤੇ ਅਰਦਾਸ ਕਰੋ ਕਿ ਜਲਦੀ ਸਮਾਂ ਜਿਹੜਾ ਫਿਰ ਪਹਿਲਾਂ ਦੀ ਤਰ੍ਹਾਂ ਠੀਕ ਹੋਵੇ, ਪਾਣੀ ਘਟੇ, ਫਸਲਾਂ ਫਿਰ ਉਸੇ ਤਰ੍ਹਾਂ ਹੋਣ ਤੇ ਸਾਰੇ ਭਰਾ ਰਲ ਮਿਲ ਕੇ ਵਧੀਆ ਤਰੀਕੇ ਨਾਲ ਰਹਿਣ।